दमदमी टकसाल के विद्यार्थी हरचंद सिंह की कलम ने ज्यों बयान किए हैं ओनू दमदमी टकसाल के विद्यार्थी भाई हिम्मत सिंह ते मेरे वड्डे वीर भाई करनैल सिंह जी टोडरमल वाले मेरे गवांढी ने खालसा जी आप सरवण करो इन्हां पासों होया की उस वेले पुछण लगे आण के वड्डे अफसर मैनू की सोची है दस दे संतां दी तैनू की सोची है दस दे संतां दी तैनू ए मैं उन्हां नू आखिया मैं उन्हां नू आखिया तुसीं फे पछताउणा पिंडरां वाले शेर ने काबू नहीं आउणा पिंडरां वाले संत ने काबू नहीं आउणा उसदी बंदगी मैं वारे जावां विरलियां जग ते जमदियां पुत्तर ने मावां विरलियां जग ते जमदियां पुत्तर ने मावा ओ तेज रिटी संत दी तुसी टेक नहीं पौना पिंडरां वाले शेर ने काबू नहीं आउणा पिंडरां वाले संत ने काबू नहीं आउणा ਮਰਨੋਂ ਨਹੀਂ ਡਰਦਾ ਜੋ ਬਚਨ ਦਲੇਰ ਨੇ ਕਰ ਲਿਆ ਉਹ ਪੂਰਾ ਕਰਦਾ ਬਚਨ ਦਲੇਰ ਨੇ ਕਰ ਲਿਆ ਉਹ ਪੂਰਾ ਕਰਦਾ ਏ ਮਰਨਾ ਧਰਮ ਲਈ ਆਖਦਾ ਮਰਨਾ ਧਰਮ ਲਈ ਆਖਦਾ ਸਿਰ ਲੇਖੇ ਲਾਉਣਾ ਪਿੰਡਰਾਂ ਵਾਲੇ ਸ਼ੇਰ ਨੇ ਕਾਬੂ ਨਹੀਂ ਆਉਣਾ ਪਿੰਡਰਾਂ ਵਾਲੇ ਸੰਤ ਨੇ ਕਾਬੂ ਨਹੀਂ ਆਉਣਾ ਜਿੱਥੇ ਡੁੱਲੇ ਰੱਤ ਸ਼ਹੀਦ ਦੀ ਉੱਥੇ ਦੀਵੇ ਜਗਦੇ ਪੌਣ ਸ਼ਹੀਦੀ ਧਰਮ ਲਈ ਪਿੱਛੇ ਮੇਲੇ ਲੱਗਦੇ ਪੌਣ ਸ਼ਹੀਦੀ ਧਰਮ ਲਈ ਪਿੱਛੇ ਮੇਲੇ ਲੱਗਦੇ ਤੁਹਾਡੇ ਸਥਰ ਵਸਾਉਣ ਲਈ ਉਹਨਾਂ ਮਿੰਟ ਨਹੀਂ ਲਾਉਣਾ ਪਿੰਡਰਾਂ ਵਾਲੇ ਸ਼ੇਰ ਨੇ ਕਾਬੂ ਨਹੀਂ ਆਉਣਾ ਪਿੰਡਰਾਂ ਵਾਲੇ ਸੰਤ ਨੇ ਕਾਬੂ ਨਹੀਂ ਆਉਣਾ ਦਿੱਲੀ ਤੱਕ ਜਾਵੇ ਮਰਦ ਕੋਈ ਨਹੀਂ ਜੰਮਿਆ ਜਿਹੜਾ ਅੱਗੇ ਆਵੇ ਮਰਦ ਕੋਈ ਨਹੀਂ ਜੰਮਿਆ ਜਿਹੜਾ ਅੱਗੇ ਆਵੇ ਉਸ ਨੂੰ ਫੜਨਾ ਲੱਗਦਾ ਸੱਪ ਰੁੱਡ ਹੱਥ ਪਾਉਣਾ ਪਿੰਡਰਾਂ ਵਾਲੇ ਸ਼ੇਰ ਨੇ ਕਾਬੂ ਨਹੀਂ ਆਉਣਾ ਪਿੰਡਰਾਂ ਵਾਲੇ ਸੰਤ ਨੇ ਕਾਬੂ ਨਹੀਂ ਆਉਣਾ ਕਰੋ ਮਾਣ ਜੇ ਫੌਜ ਦਾ ਇਹ ਕਾਦੇ ਜੋਗੀ ਮਰ ਜਾਣੇ ਜਿਹੜੇ ਜਾਣਗੇ ਜਾਂ ਸਦਾ ਲਈ ਰੋਗੀ ਮਰ ਜਾਣੇ ਜਿਹੜੇ ਜਾਣਗੇ ਜਾਂ ਸਦਾ ਲਈ ਰੋਗੀ ਇਹ ਕਿਉਂ ਦਾ ਬੰਦਾ ਆਪ ਦਾ ਕੋਈ ਬਚ ਨਹੀਂ ਪਾਉਣਾ ਸ਼ੇਰ ਨੇ ਕਾਬੂ ਨਹੀਂ ਆਉਣਾ ਪਿੰਡਰਾਂ ਵਾਲੇ ਸੰਤ ਨੇ ਕਾਬੂ ਨਹੀਂ ਆਉਣਾ ਉਸ ਦੀ ਕੌਣ ਬਰਾਬਰੀ ਜੱਗ ਤੇ ਕਰ ਸਕਦਾ ਸ਼ੇਰ ਦੇ ਮੂਹਰੇ ਕਦੇ ਨਹੀਂ ਗਿੱਦੜ ਖੜ ਸਕਦਾ ਸ਼ੇਰ ਦੇ ਮੂਹਰੇ ਕਦੇ ਨਹੀਂ ਗਿੱਦੜ ਖੜ ਸਕਦਾ ਉਹ ਜਿਹੜਾ ਅੱਗੇ ਆ ਗਿਆ
ਭਿੰਡਰਾ ਵਾਲੇ ਸ਼ੇਰ ਨੇ ਕਾਬੂ ਨਹੀਂ ਆਉਣਾ ਭਿੰਡਰਾ ਵਾਲੇ ਸੰਤ ਨੇ ਕਾਬੂ ਨਹੀਂ ਆਉਣਾ ਮੇਰੀ ਮੰਨ ਲਓ ਆਪ ਜੀ ਪਿੱਛੇ ਨੂੰ ਮੁੜ ਜੋ ਨੌਕਰੀ ਛੱਡ ਸਰਕਾਰ ਦੀ ਸੰਤਾਂ ਨਾਲ ਜੁੜ ਜੋ ਨੌਕਰੀ ਛੱਡ ਸਰਕਾਰ ਦੀ ਸੰਤਾਂ ਨਾਲ ਜੁੜ ਜੋ ਇੱਥੇ ਸੁੱਖ ਵੀ ਮਿਲਣਗੇ ਅੱਗੇ ਸੁੱਖ ਪਾਉਣਾ ਪਿੰਡਰਾਂ ਵਾਲੇ ਸ਼ੇਰ ਨੇ ਕਾਬੂ ਨਹੀਂ ਆਉਣਾ ਪਿੰਡਰਾਂ ਵਾਲੇ ਸੰਤ ਨੇ ਕਾਬੂ ਨਹੀਂ ਆਉਣਾ ਅੱਜ ਕਲਮ ਪੁਕਾਰੇ ਤੂੰ ਨਰਕਾਂ ਨੂੰ ਜਾਵਣਾ ਦਿੱਲੀ ਸਰਕਾਰੇ ਤੂੰ ਨਰਕਾਂ ਨੂੰ ਜਾਵਣਾ ਦਿੱਲੀ ਸਰਕਾਰੇ ਓ ਜੱਗ ਵਿੱਚ ਹਰ ਇੱਕ ਸਿੱਖ ਨੇ ਸੰਤਾਂ ਨੂੰ ਗਾਉਣਾ ਪਿੰਡਰਾਂ ਵਾਲੇ ਸ਼ੇਰ ਨੇ ਕਾਬੂ ਨਹੀਂ ਆਉਣਾ ਇਤਿਹਾਸ ਸੰਤਾਂ ਦਾ ਤਕਰੀਬਨ ਲਿਖਿਆ ਗਿਆ ਜੂਨ 1984 ਦਾ ਇਹ ਸੰਤਾਂ ਨੇ ਰਾਤੀ ਹੁਕਮ ਲਾਇਆ ਸੀ ਕਿ ਭਾਈ ਸਾਹਿਬ ਤੁਸੀਂ ਟਾਈਮ ਜ਼ਰੂਰ ਲਾਉਣਾ ਖਾਲਸਾ ਜੀ ਇਤਿਹਾਸ ਦੀ ਪੜਚੋਲ ਕਰਦਿਆਂ ਜੇ ਵੇਖਿਆ ਜਾਵੇ ਆਹ ਚੀਜ਼ਾਂ ਜਿਹੜੀਆਂ ਤੁਹਾਨੂੰ ਹੁਣ ਬੋਲ ਕੇ ਸੁਣਾਈਆਂ ਨੇ ਇਹਨਾਂ ਸਿੰਘਾਂ ਨੇ ਇਹ ਉਹਦੇ ਤੋਂ ਬਾਹਰੀ ਹੈ ਜਿਹੜੀ ਹੁਣ ਆਪ ਜੀ ਨੂੰ ਕਵਿਤਾ ਅੱਗੇ ਸੁਣਾਉਣ ਲੱਗੇ ਹਾਂ ਰਾਮ ਸੀਤਾ ਦਾ ਵਿਯੋਗ ਹੋ ਗਿਆ